6 ਤਰੀਕ ਨੂੰ ਘੱਲੂਘਾਰ ਆ ਰਿਹਾ ਹੈ ਜਿਸ ਦੇ ਪੰਜਾਬ ਦੇ ਵਿੱਚ ਸਿਕਿਉਰਿਟੀ ਹਾਈ ਅਲਰਟ ਕਰ ਦਿੱਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਪੈਰਾਮਿਲਟਰੀ ਫੋਰਸ ਦੀ ਮੰਗ ਵੀ ਕੀਤੀ ਗਈ ਹੈ ਕੇਂਦਰ ਵੱਲੋਂ ਪੈਰਾਮਿਲਟਰੀ ਫੋਰਸ ਭੇਜ ਦਿੱਤੀ ਗਈ ਹੈ ਤੇ ਆਪਾਂ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ADCP 1 ਸਾਡੇ ਨਾਲ ਹੈ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਕਿੰਨੀ ਪੈਰਾਮਿਲਟਰੀ ਫੋਰਸ ਤੇ ਕਿੰਨੀ ਪੰਜਾਬ ਪੁਲਿਸ ਜਲੰਧਰ ਸ਼ਹਿਰ ਦੇ ਵਿੱਚ ਲਗਾ ਦਿੱਤੀ ਗਈ ਹੈ ਪਹਿਲਾਂ ਤੇ ਤੁਹਾਡਾ ਸਰ ਪੰਜਾਬ ਕਿਸੇ ਜਗਬਾਣੀ 'ਚ ਤੁਹਾਡਾ ਸਵਾਗਤ ਹੈ ਥੈਂਕ ਯੂ ਸੋ ਮਚ ਥੈਂਕ ਯੂ ਸਰ ਗੱਲ ਕਰੀਏ 6 ਤਰੀਕ ਦਾ ਕਿਹੜਾ ਘੱਲੂਘਾਰ ਆ ਰਿਹਾ ਉਹਦੇ ਸੰਬੰਧ ਦੇ ਵਿੱਚ ਜਲੰਧਰ ਸ਼ਹਿਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਕਿੰਨੀ ਫੋਰਸ ਪੰਜਾਬ ਪੁਲਿਸ ਤੇ ਕਿੰਨੀ ਪੈਰਾਮਿਲਟਰੀ ਫੋਰਸ ਦੀਆਂ ਟੁਕੜੀਆਂ ਆ ਚੁੱਕੀਆਂ ਤਾਂ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਪੰਜਾਬ ਲੈਵਲ ਤੇ ਜਲੰਧਰ ਹੈਜ਼ ਆਲਵੇਜ਼ ਬੀਨ ਕੰਸੀਡਰਡ ਸੈਂਸਿਟਿਵ ਤਾਂ ਉਹਦੇ ਵਾਸਤੇ ਜਲੰਧਰ ਜਿਹੜਾ ਕਮਿਸ਼ਨਰੇਟ ਹੈ ਸਾਡੀ ਤਿਆਰੀਆਂ ਭਰਪੂਰ ਹੈ ਐਂਡ ਐਜ਼ ਫਾਰ ਐਜ਼ ਮੈਨ ਪਾਵਰ ਗੋਜ਼ ਤਾਂ ਇੱਕ ਤਾਂ ਸਾਡੇ ਕੋਲ ਆਲਰੇਡੀ ਵੀ ਹੈਵ ਮਤਲਬ ਸਟਰੰਗਥ ਕਰੀਬਨ 3,000 ਮੁਲਾਜ਼ਮ ਸਾਡੇ ਹੈਗੇ ਜਲੰਧਰ ਕਮਿਸ਼ਨਰੇਟ ਦੇ ਆਪਦੇ ਬਟ ਉਸ ਚੀਜ਼ ਨੂੰ ਰੇਨਫੋਰਸ ਕਰਨ ਵਾਸਤੇ ਸਾਡੇ ਕੋਲ 3 ARP ਟੀਮਸ ਹੈ ਇੱਕ SOG ਕੀ ਟੀਮ ਹੈ ਹਿੱਟ ਟੀਮ ਐਂਡ ਇਵਨ ਬਟਾਲੀਅਨ ਕੀ ਵੀ ਇੱਕ ਟੀਮ ਹੈ ਐਂਡ ਇਸ ਤੋਂ ਇਲਾਵਾ ਸਾਡੇ ਕੋਲ ਜਲੰਧਰ ਕਮਿਸ਼ਨਰੇਟ ਨੂੰ ਇੱਕ BSF ਕੀ ਕੰਪਨੀ ਵੀ ਅਲਾਟ ਹੋਈ ਹੈ ਐਂਡ ਈਵਨ ਇਸ ਤੋਂ ਇਲਾਵਾ 2 ਰਿਜ਼ਰਵਸ ਐਟ ਸਟੇਟ ਲੈਵਲ DGP ਸਾਹਿਬ ਦੀ ਰਿਜ਼ਰਵਸ ਹੈ ਉਹਨਾਂ 'ਚੋਂ ਇੱਕ ਇੱਥੇ ਹੈਗੀ ਤਾਂ ਮਤਲਬ ਇਜਾਜ਼ਤ ਮੰਗ ਕੇ ਅਸੀਂ ਉਹਨੂੰ ਵੀ ਵਰਤ ਸਕਦੇ ਹੈ ਫੋਰ ਲਾਅ ਐਂਡ ਆਰਡਰ ਇਸ਼ੂਜ਼ ਗੱਲ ਕਰੀਏ ਸਰ ਜਲੰਧਰ ਦੇ ਵਿੱਚ ਟੋਟਲ ਗੱਲ ਮੁਲਾਜ਼ਮ ਦੀ ਗੱਲ ਕਰੀਏ ਤਾਂ ਟੋਟਲ ਹੁਣ ਪੰਜਾਬ ਪੁਲਿਸ ਪੈਰਾਮਿਲਟਰੀ ਫੋਰਸ ਦੇ ਕਿੰਨੇ ਮੁਲਾਜ਼ਮ ਕਨਾਟ ਕੀਤੇ ਗਏ ਨੇ ਮੈਂ ਜਿਵੇਂ ਕਿ ਕਹਿ ਰਿਹਾ ਸੀਗਾ ਰਫਲੀ ਜਿਹੜੀ ਸਟਰੰਗਥ ਪੁਲਿਸ ਕਮਿਸ਼ਨਰ ਜਲੰਧਰ ਦੀ ਹੈ ਤਕਰੀਬਨ 3,000 ਮੁਲਾਜ਼ਮ ਹੈਗੇ ਬਾਕੀ ਜਿਹੜੀ 2 ਕੰਪਨੀਜ਼ ਹੈਗੀ ਇੱਕ DGP ਵਰਦੀ DGP ਸਾਹਿਬ ਕੀ ਰਿਜ਼ਰਵ ਹੈ ਉਹਦੇ 'ਚ ਤਕਰੀਬਨ 63 ਬੰਦੇ ਸਾਡੇ ਕੋਲ ਆਏ ਹੈ ਇੱਕ ਜਿਹੜੀ ਸਾਡੀ ਰਿਜ਼ਰਵ ਹੈ ਉਹਦੇ ਦੇ ਵਿੱਚ 64 ਬੰਦੇ ਆਏ ਹੈ ਔਰ ਬਾਕੀ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ARP ਟੀਮਸ ਦੀ SOG ਦੀ ਉਹਨਾਂ ਦੀ ਮਿਲਾ ਕੇ ਸਟਰੰਗਥ ਕਰੀਬਨ 130 ਜਿਹੜੇ ਹੈ ਮੁਲਾਜ਼ਮ ਸਾਡੇ ਕੋਲ ਹੈਗੇ ਗੱਲ ਕਰੀਏ ਲਗਾਤਾਰ ਨਾਕੇਬੰਦੀ ਵੀ ਕੀਤੀ ਜਾਂਦੀ ਹੈਗੀ ਹੈ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਕਿੱਦਾਂ ਕਿੱਦਾਂ ਨਾਕੇ ਇਹਨਾਂ ਦੀ ਡਬਲ ਡਿਊਟੀ ਲਿੱਤੀ ਜਾਂਦੀ ਹੈ ਜਾਂ ਇਹਨਾਂ ਦੇ ਟਾਈਮ ਟੇਬਲ ਰੱਖੇ ਗਏ ਨੇ 9 ਵਜੇ ਤੋਂ ਇੰਨੇ ਇਹਦੇ ਵਿੱਚ ਜਿਹੜੀ ਸਾਡੀ ਸਿਕਿਉਰਿਟੀ ਬ੍ਰਾਂਚ ਹੈ ਅਸੀਂ ਪ੍ਰੋਪਰ ਇੱਕ ਸਕੈਡੂਲ ਬਣਾਇਆ ਹੈ ਇਹਦੇ ਵਿੱਚ ਅਸੀਂ ਏਰੀਆ ਡੋਮੀਨੈਂਸ ਐਕਸਰਸਾਈਜ਼ ਕਰ ਰਹੇ ਫਲੈਗ ਮਾਰਚਸ ਕੱਢ ਰਹੇ ਨਾਲ ਨਾਲ ਅਸੀਂ ਵੀ ਹੈਵ ਰਫਲੀ 30 ਜਿਹੜੇ ਹੈਗੇ ਸਾਡੇ ਰੈੱਡ ਅਲਰਟ ਪੁਆਇੰਟਸ ਹੈਗੇ ਸ਼ਹਿਰ ਦੇ ਵਿੱਚ ਐਂਡ ਇਸ ਤੋਂ ਇਲਾਵਾ ਸਾਡੇ ਕਰੀਬਨ 17 ਸਿਟੀ ਸੀਲਿੰਗ ਪੁਆਇੰਟਸ ਹੈ ਤਾਂ ਮਤਲਬ ਐਜ਼ ਪਰ ਸ਼ਿਫਟਸ ਵੀ ਕੀਪ ਔਨ ਚੇਂਜਿੰਗ ਤਾਂ ਉਹਨਾਂ ਦੀ ਉੱਥੇ ਡਿਊਟੀ ਲੱਗਦੀ ਹੈ ਜਿਹਦੇ ਵਿੱਚ CAPF ਦੇ ਵੀ ਬੰਦੇ ਹੁੰਦੇ ਹੈ ਨਾਲ ਸਾਡੇ ਆਪਣੇ ਕਮਿਸ਼ਨਰ ਦੇ ਵੀ ਬੰਦੇ ਹੁੰਦੇ ਹੈ ਸ਼ਰਾਰਤੀ ਹੰਸਰਾ ਵੱਲੋਂ ਜਿਹੜਾ ਬਾਰ ਬਾਰ ਧਮਕੀਆਂ ਵੀ ਪੰਜਾਬ ਨੂੰ ਦਿੱਤੀਆਂ ਜਾਂਦੀਆਂ ਅੱਜ ਹਾਈ ਅਲਰਟ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਅਤੇ ਉਹਦੇ ਮੱਦੇਨਜ਼ਰ ਰੱਖਦੇ ਹੋਏ ਜਲੰਧਰ ਦੇ ਵਿੱਚ ਵੀ ਪੂਰੀ ਤਰ੍ਹਾਂ ਧਾਰਮਿਕ ਸਥਾਨ ਵੀ ਪੈਂਦੇ ਨੇ ਰੇਲਵੇ ਸਟੇਸ਼ਨ ਹੈ ਬੱਸ ਸਟੈਂਡ ਕਿਉਂ ਅਸੀਂ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ ਉੱਥੇ ਕੋਈ ਵੀ ਮੁਲਾਜ਼ਮ ਨਜ਼ਰ ਨਹੀਂ ਆਇਆ ਨਾਕੇ ਦੌਰਾਨ ਕੋਈ ਚੈਕਿੰਗ ਕੋਈ ਵੀ ਅੰਦਰ ਜਾਂਦਾ ਉਸਦੀ ਕੋਈ ਚੈਕਿੰਗ ਨਹੀਂ ਕੀਤੀ ਵੈਸੇ ਇਹਦੇ 'ਚ ਕੱਲ੍ਹ ਦੀ ਗੱਲ ਹੈਗੀ ਮਤਲਬ ਕੁਛ ਇਨਪੁੱਟਸ ਆਉਂਦੇ ਰਹਿੰਦੇ ਹੈ ਤਾਂ ਜਿਹੜਾ ਰੇਲਵੇ ਸਟੇਸ਼ਨ ਹੈ ਜਾਂ ਜਿਹੜਾ ਜਿਵੇਂ ਬੱਸ ਸਟੈਂਡ ਹੋ ਗਿਆ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਸੀਗੇ ਇੱਥੇ ਕਾਫੀ ਸਾਰੇ ਰਿਲੀਜੀਅਸ ਪਲੇਸਿਸ ਵੀ ਹੈਗੇ ਤਾਂ ਉਹਨਾਂ ਦੀ ਅਸੀਂ ਪਿੱਛੇ ਵੀ ਮੀਟਿੰਗ ਕੀਤੀ ਹੈਗੀ ਕੱਲ੍ਹ ਵੀ ਜਿਹੜਾ ਰੇਲਵੇ ਸਟੇਸ਼ਨ ਰਿਲੇਟਡ GRP ਨੂੰ ਅਸੀਂ ਸੱਦਿਆ ਸੀਗਾ RPF ਨੂੰ ਸੱਦਿਆ ਸੀਗਾ ਜਿੰਨੇ ਵੀ ਬੇਸਿਕਲੀ ਸਟੇਕ ਹੋਲਡਰਸ ਹੈਗੇ ਉਹਨਾਂ ਨੂੰ ਅਸੀਂ ਕਨਵੇ ਕਰਤਾ ਸੀਗਾ ਉੱਥੇ ਜਿਹੜੇ ਮਤਲਬ ਸਿਕਿਉਰਿਟੀ ਮੇਜਰਸ ਹੈ ਅਸੀਂ ਉਹ ਸਾਰੇ ਲੈ ਰਹੇ ਨਾਲ ਨਾਲ ਅਸੀਂ ਐਂਟੀ ਸਬੋਟਾ ਚੈੱਕ ਵੀ ਕਰ ਰਹੇ ਭਾਵੇਂ ਬੱਸ ਸਟੈਂਡ ਹੋ ਭਾਵੇਂ ਰੇਲਵੇ ਸਟੇਸ਼ਨ ਹੋ ਜਾਂ ਰਿਲੀਜੀਅਸ ਪਲੇਸਿਸ ਜਿੱਥੇ ਵੀ ਬੇਸਿਕਲੀ ਫੁੱਟਫਾਲ ਜ਼ਿਆਦਾ ਹੈ ਕਰਾਊਡਡ ਪਲੇਸਿਸ ਹੈ ਅਸੀਂ ਇਹ ਰੈਗੂਲਰ ਮਤਲਬ ਪ੍ਰੈਕਟਿਸ ਹੈ ਹੁਣ ਇਹ ਜਿਹੜਾ ਐਂਟੀ ਸਬੋਟਾ ਚੈੱਕ ਕਰਨਾ ਗੱਲ ਕਰੀਏ ਜਲੰਧਰ ਦੇ ਵਿੱਚ ਬਾਈ ਚਾਂਸ ਕਿਸੇ ਨੂੰ ਕੋਈ ਸ਼ੱਕੀ ਦੌਰਾਨ ਕੋਈ ਚੀਜ਼ ਮਿਲਦੀ ਹੈ ਉਹ ਕਿਸ ਨੂੰ ਕੰਟਰੋਲ ਦੇ ਵਿੱਚ ਕਿਹੜੇ ਨੰਬਰ 'ਤੇ ਮੈਸੇਜ ਕੀਤਾ ਜਾਵੇ ਕਿਹੜੇ ਉਸੇ ਟਾਈਮ ਮੌਕੇ 'ਤੇ ਜਲੰਧਰ ਪੁਲਿਸ ਤਾਂ ਇਹਦੇ ਵਿੱਚ ਅਸੀਂ ਪਿੱਛੇ ਵੀ ਬੇਸਿਕਲੀ ਇਹ ਸਾਂਝ ਬਾਂਝ ਹੀ ਹੈ ਮਤਲਬ ਪੁਲਿਸ ਦੀ ਐਂਡ ਲੋਕਾਂ ਦੀ ਤਾਂ ਸਮਾਜ ਨੂੰ ਮਤਲਬ ਸਾਰੇ ਲੋਕਾਂ ਨੂੰ ਬੇਸਿਕਲੀ ਅਪੀਲ ਹੈ ਕਿ ਜੇ ਉਹਨਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਲੱਗਦਾ ਹੈ ਜਾਂ ਕੋਈ ਵੀ ਸੰਦਿਗਧ ਹਾਲਾਤ ਲੱਗਦੇ ਹੈ ਤਾਂ 112 'ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਵਿਲ ਇਮੀਡੀਏਟਲੀ ਰਿਸਪੋਂਡ ਗੱਲ ਕਰੀਏ ਭੀੜ ਭਾੜ ਬਾਜ਼ਾਰ ਹੈਗੇ ਆ ਤੁਹਾਡੇ ਏਰੀਏ ਦੇ ਵਿੱਚ ਭਗਵਾਨ ਵਾਲਮੀਕੀ ਚੌਂਕ ਰਾਣਕ ਬਾਜ਼ਾਰ ਹੈ ਸ਼ੇਖਾ ਬਾਜ਼ਾਰ ਹੈ ਸਭ ਤੋਂ ਜ਼ਿਆਦਾ ਸੰਡੇ ਮਾਰਕੀਟ ਲੱਗਦੀ ਹੈ ਅਤੇ ਸਭ ਤੋਂ ਜ਼ਿਆਦਾ ਰਸ਼ ਵੀ ਹੁੰਦਾ ਅਤੇ ਉੱਥੇ ਦੇ ਪ੍ਰਬੰਧ ਕਿੱਦਾਂ ਦੇ ਉੱਥੇ ਜਿਵੇਂ ਕਿ ਮੈਂ ਕਹਿ ਰਿਹਾ ਸੀਗਾ ਜਿੱਥੇ ਜ਼ਿਆਦਾ ਭੀੜ ਭਾੜ ਵਾਲੇ ਇਲਾਕੇ ਹੈ ਉੱਥੇ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਪਹਿਲੇ ਤਾਂ ਸਬੋਟਾਜ ਚੈੱਕ ਹੋ ਜਾਏ ਐਂਟੀ ਸਬੋਟਾਜ ਚੈੱਕ ਐਂਡ ਜਦੋਂ ਵੀ ਇਸ ਤਰੀਕੇ ਦਾ ਕੋਈ ਵੀ ਮਤਲਬ ਚੀਜ਼ ਹੁੰਦੀ ਹੈ ਤਾਂ ਅਸੀਂ ਮੇਕ ਸ਼ੋਰ ਕਰਦੇ ਉਹਦਾ ਕੋਈ ਸਿਕਿਉਰਿਟੀ ਮਤਲਬ ਪ੍ਰੋਗਰਾਮ ਅਸੀਂ ਕੱਢੀਏ ਉੱਥੇ ਅਸੀਂ ਪ੍ਰੋਪਰ ਡਿਪਲੋਇਮੈਂਟ ਕਰਦੇ ਹੈ ਸੋ ਦੈਟ ਉੱਥੇ ਕੋਈ ਮਤਲਬ ਕੋਈ ਗਲਤ ਚੀਜ਼ ਨਾ ਹੋਵੇ ਜਾਂ ਇਸ ਤਰੀਕੇ ਕੋਈ ਇੰਸੀਡੈਂਟ ਨਾ ਹੋਵੇ ਲਾਸਟ ਸਵਾਲ ਮੇਰਾ ਲੋਕਾਂ ਨੂੰ ਕੀ ਆਪਣੇ ਵੱਲੋਂ ਜਲੰਧਰ ਪੁਲਿਸ ਵੱਲੋਂ ਔਰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ
ਲੋਕਾਂ ਨੂੰ ਇਹ ਮੈਸੇਜ ਹੈ ਕਿ ਜਲੰਧਰ ਪੁਲਿਸ ਤੁਹਾਡੇ ਨਾਲ ਹੈ, ਜੇ ਮਤਲਬ ਤੁਹਾਨੂੰ ਕਿਤੇ ਵੀ ਕੋਈ ਵੀ ਕੋਈ ਮਤਲਬ ਸ਼ੱਕੀ ਚੀਜ਼ ਜਾਂ ਸ਼ੱਕੀ ਮਤਲਬ ਬੰਦੇ ਦਾ ਕੋਈ ਵੀ ਮਤਲਬ ਇਸ ਤਰੀਕੇ ਦੀ ਹਾਲਤ ਸਾਹਮਣੇ ਆਉਂਦੀ ਹੈ ਤਾਂ ਕਾਇੰਡਲੀ ਇਮੀਡੀਏਟਲੀ ਸਾਨੂੰ ਮਤਲਬ ਇਤਲਾਹ ਕਰੋ, ਹਮ ਰਿਸਪੋਂਡ ਕਰਾਂਗੇ। ਐਂਡ ਐਟ ਦ ਸੇਮ ਟਾਈਮ ਜਿਹੜੀ ਜਲੰਧਰ ਪੁਲਿਸ ਹੈ ਲੋਕਾਂ ਦੀ ਸੇਵਾ ਲਈ ਇੱਥੇ ਹਾਜ਼ਰ ਹੈ, ਕਿਤੇ ਵੀ ਕੋਈ ਲੋੜ ਹੋਵੇ ਐਨੀਥਿੰਗ ਵੀ ਆਰ ਐਟ ਯੂਅਰ ਡਿਸਪੋਜ਼ਲ। ਅੱਜ ਸਾਡੇ ਨਾਲ ADCP 1 ਜਲੰਧਰ ਤੋਂ, ਜਿਸਦਾ ਨੇ ਮੈਸੇਜ ਦਿੱਤਾ ਹੈ ਲੋਕਾਂ ਨੂੰ ਕੋਈ ਤੁਹਾਨੂੰ ਸ਼ੱਕੀ ਚੀਜ਼ ਮਿਲਦੀ ਹੈ ਅਤੇ ਕੰਟਰੋਲ 'ਤੇ ਮੈਸੇਜ ਕੀਤਾ ਜਾਵੇ, ਨਜੀਤੀ ਥਾਣੇ ਦੇ ਵਿੱਚ ਜਾ ਕੇ ਤਲਾਹ ਦਿੱਤੀ ਜਾਵੇ, ਕਿਹੜੇ ਮੌਕੇ 'ਤੇ ਇਹ ਜੋ ਹੈ ਸ਼ੱਕੀ ਦੌਰਾਨ ਹੈ ਉਸਨੂੰ ਚੈੱਕ ਕੀਤਾ ਜਾਵੇ ਅਤੇ ਉਸਨੂੰ ਥਾਣੇ ਦੇ ਵਿੱਚ ਲੈ ਕੇ ਵੈਰੀਫਾਈ ਕੀਤਾ ਜਾਵੇ। ਅਤੇ ਗੱਲ ਕਰੀਏ 6 ਤਰੀਕ ਦੀ ਕਿਹੜੀ ਸਿਕਿਉਰਿਟੀ ਹੈ ਪੂਰੇ ਜਲੰਧਰ ਸ਼ਹਿਰ ਦੀ, ਗੱਲ ਕਰੀਏ 3000 ਦੇ ਕਰੀਬ ਮੁਲਾਜ਼ਮ ਪੰਜਾਬ ਪੁਲਿਸ ਦੇ ਕਿਹੜੇ ਜਲੰਧਰ ਪੁਲਿਸ ਕਮਿਸ਼ਨਰ ਦੀ ਰੇਡ ਦੇ ਵਿੱਚ ਜੋ ਅਗਵਾਈ ਦੇ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ, ਅਲੱਗ ਅਲੱਗ ਨਾਕੇ ਲੱਗੇ ਗਏ ਨੇ, ਜੋ ਜਲੰਧਰ ਐਂਟਰੀ ਕਰਦਾ ਉਸਦੀਆਂ ਹਰ ਚੀਜ਼ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ। ਕੈਮਰਾਮੈਨ ਸੁਨੀਤਾ ਦੇ ਨਾਲ ਸੋਨੂੰ ਮਹਾਜਨ, ਪੰਜਾਬ KCTV ਜਲੰਧਰ।